ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੇਰਾ ਨਾਮ ਕਸ਼ਿਸ਼ ਸ਼ਰਮਾ ਹੈ ਅਤੇ ਮੈਂ ਸੱਤਵੀਂ ਜਮਾਤ ਦੀ ਵਿਦਿਆਰਥਣ ਹਾਂ। ਮੈਂ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਪਟਨਾ ਸ਼੍ਰੀ ਮਾਛੀਵਾੜਾ ਸਾਹਿਬ ਵਿੱਚ ਪੜ੍ਹਦੀ ਹਾਂ। ਅੱਜ ਮੈਂ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਦਿਹਾੜੇ 'ਤੇ ਉਹਨਾਂ ਦੇ ਜੀਵਨ ਬਾਰੇ ਦੱਸਣਾ ਚਾਹੁੰਦੀ ਹਾਂ। ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਸਨ। ਆਪ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ। ਆਪ ਜੀ ਨੇ ਹਿੰਦੂ ਧਰਮ ਲਈ ਜੋ ਆਪਣੀ ਕੁਰਬਾਨੀ ਦਿੱਤੀ ਉਸ ਨੂੰ ਸਿੱਖ ਜਾਤੀ ਦੇ ਨਾਲ ਨਾਲ ਪੂਰੇ ਹਿੰਦੂ ਸਮਾਜ ਦੇ ਲੋਕ ਯੁੱਗਾਂ ਯੁਗਾਂਤਰਾਂ ਤੱਕ ਯਾਦ ਰੱਖਣਗੇ। ਆਪ ਜੀ ਦਾ ਜਨਮ ਸੰਨ 1621 ਈਸਵੀ ਵਿੱਚ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਬਚਪਨ ਦਾ ਨਾਂ ਤਿਆਗਮੱਲ ਸੀ। ਬਚਪਨ ਵਿੱਚ ਹੀ ਆਪ ਜੀ ਨੇ ਤਲਵਾਰ ਚਲਾਉਣ ਦੀ ਮੁਹਾਰਤ ਹਾਸਲ ਕਰ ਲਈ ਸੀ। ਇੱਕ ਵਾਰ ਬਚਪਨ ਵਿੱਚ ਆਪ ਜੀ ਨੇ ਤਲਵਾਰ ਦੇ ਉਹ ਜ਼ੋਹਰ ਵਿਖਾਏ ਕਿ ਆਪ ਜੀ ਦੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਰੱਖ ਦਿੱਤਾ। ਆਪ ਜੀ ਦੀ ਲਗਨ ਬਚਪਨ ਤੋਂ ਹੀ ਪ੍ਰਭੂ ਭਗਤੀ ਵੱਲ ਸੀ, ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਆਪ ਜੀ ਨੂੰ ਯੁੱਧ ਦਾ ਗਿਆਨ ਨਹੀਂ ਸੀ। ਆਪ ਬਹੁਤ ਹੀ ਦਲੇਰ ਅਤੇ ਬਹਾਦਰ ਪੁਰਖ ਸਨ। ਆਪ ਜੀ ਨੇ ਵਿੱਦਿਆ ਦੇ ਨਾਲ ਨਾਲ ਸ਼ਾਸਤਰ ਵਿੱਦਿਆ ਵੀ ਖੂਬ ਹਾਸਲ ਕੀਤੀ। ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਕਰ ਦਿੱਤਾ ਗਿਆ ਅਤੇ ਆਪ ਜੀ ਦੇ ਘਰ ਬਹੁਤ ਹੀ ਹੋਣਹਾਰ ਬਾਲਕ ਗੋਬਿੰਦ ਰਾਏ ਜੀ ਨੇ ਜਨਮ ਲਿਆ, ਜੋ ਕਿ ਅੱਗੇ ਜਾ ਕੇ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ। ਆਪ ਦੇ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਬਾਬਾ ਬਕਾਲਾ ਆ ਗਏ ਅਤੇ ਉੱਥੇ ਆ ਕੇ ਉਹਨਾਂ ਨੇ ਪੂਰੇ 20 ਸਾਲ ਪ੍ਰਭੂ ਭਗਤੀ ਕੀਤੀ। ਜਦ 8ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਆਪਣੇ ਆਖਰੀ ਸਮੇਂ 'ਤੇ ਸਨ ਤਾਂ ਉਹ ਜਾਂਦੇ ਜਾਂਦੇ ਹੀ ਕਹਿ ਗਏ ਕਿ ਤੁਹਾਨੂੰ ਤੁਹਾਡੇ ਨਵੇਂ ਗੁਰੂ ਤੁਹਾਡੇ 9ਵੇਂ ਗੁਰੂ ਬਾਬਾ ਬਕਾਲਾ ਵਿੱਚ ਮਿਲਣਗੇ। ਇਹ ਸੁਣ ਕੇ ਬਹੁਤ ਹੀ ਪਖੰਡੀ ਲੋਕ ਆਪਣੇ ਆਪ ਨੂੰ ਗੁਰੂ ਦੱਸਣ ਲੱਗੇ ਅਤੇ ਬਾਬਾ ਬਕਾਲਾ ਵਿੱਚ ਜਾ ਕੇ ਬੈਠ ਗਏ ਉਹਨਾਂ ਨੇ ਆਪਣੀ ਦੁਕਾਨਦਾਰੀ ਬਣਾਉਣ ਲਈ ਆਪਣੇ ਆਪ ਨੂੰ ਸਭ ਤੋਂ ਵੱਡਾ ਪੀਰ ਦੱਸਣਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਲੂਬਾਣਾ, ਜੋ ਕਿ ਬਹੁਤ ਹੀ ਵੱਡਾ ਵਪਾਰੀ ਸੀ, ਉਹ ਗੁਰੂ ਜੀ ਦੀ ਭਾਲ ਵਿੱਚ ਬਾਬਾ ਬਕਾਲਾ ਆਇਆ। ਉੱਥੇ ਇੰਨੇ ਸਾਰੇ ਗੁਰੂਆਂ ਨੂੰ ਵੇਖ ਕੇ ਉਹ ਹੈਰਾਨ ਰਹਿ ਗਿਆ। ਉਸਨੇ ਸੁਖਣਾ ਸੁੱਖੀ ਸੀ ਕਿ ਉਹ ਆਪਣੇ ਨਵੇਂ ਗੁਰੂ ਨੂੰ 500 ਮੋਹਰਾਂ ਭੇਂਟਾ ਦੇ ਰੂਪ ਵਿੱਚ ਦੇਵੇਗਾ। ਅਸਲੀ ਗੁਰੂ ਲੱਭਣ ਲਈ ਉਸਨੇ ਸਾਰਿਆਂ ਦੇ ਸਾਹਮਣੇ 5-5 ਮੋਹਰਾਂ ਭੇਂਟ ਦੇ ਰੂਪ ਵਿੱਚ ਰੱਖ ਦਿੱਤੀਆਂ। ਸਾਰੇ ਪਖੰਡੀਆਂ ਨੇ 5-5 ਮੋਹਰਾਂ ਚੁੱਪ ਚਾਪ ਰੱਖ ਲਈਆਂ, ਪਰੰਤੂ ਜਦ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ 5 ਮੋਹਰਾਂ ਰੱਖ ਕੇ ਚੱਲਿਆ ਸੀ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, 500 ਮੋਹਰਾਂ ਦਾ ਵਾਅਦਾ ਕਰਕੇ 5 ਮੋਹਰਾਂ ਹੀ ਰੱਖ ਕੇ ਕਿਉਂ ਜਾ ਰਿਹਾ ਹੈ? ਇਹ ਸੁਣ ਕੇ ਮੱਖਣ ਸ਼ਾਲੂਬਾਣਾ ਖੁਸ਼ੀ ਵਿੱਚ ਨੱਚ ਉੱਠਿਆ ਅਤੇ ਭੋਰੇ ਵਿੱਚੋਂ ਬਾਹਰ ਆ ਕੇ ਜ਼ੋਰ ਜ਼ੋਰ ਕੇ ਕਹਿਣ ਲੱਗਿਆ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਇਸੇ ਤਰ੍ਹਾਂ ਸਿੱਖਾਂ ਨੂੰ ਆਪਣੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਲੱਭ ਗਏ ਅਤੇ ਉਹਨਾਂ ਨੂੰ ਗੁਰਗੱਦੀ 'ਤੇ ਬਿਰਾਜਮਾਨ ਕਰ ਦਿੱਤਾ ਗਿਆ। ਗੁਰਗੱਦੀ ਮਿਲਣ ਤੋਂ ਬਾਅਦ ਆਪ ਬਾਬਾ ਬਕਾਲਾ ਤੋਂ ਕੀਰਤਪੁਰ ਆ ਗਏ ਅਤੇ ਉੱਥੇ ਆ ਕੇ ਉਹਨਾਂ ਨੇ ਆਨੰਦਪੁਰ ਸਾਹਿਬ ਸ਼ਹਿਰ ਵਸਾਇਆ। ਇੱਕ ਦਿਨ ਉਹ ਬੈਠੇ ਹੋਏ ਸਨ ਅਤੇ ਕੁਛ ਕਸ਼ਮੀਰੀ ਪੰਡਿਤ ਆ ਕੇ ਉਹਨਾਂ ਤੋਂ ਮਦਦ ਦੀ ਫਰਿਆਦ ਕਰਨ ਲੱਗੇ। ਉਹ ਕਹਿਣ ਲੱਗੇ ਕਿ ਔਰੰਗਜ਼ੇਬ ਉਹਨਾਂ ਨੂੰ ਜਬਰਨ ਮੁਸਲਮਾਨ ਬਣਾਉਣ 'ਤੇ ਤੁਲਿਆ ਹੋਇਆ ਹੈ। ਇਹ ਸੁਣ ਕੇ ਆਪ ਬੋਲੇ ਕਿ ਇਸ ਸਮੇਂ ਤਾਂ ਇੱਕ ਮਹਾਨ ਪੁਰਖ ਦੀ ਕੁਰਬਾਨੀ ਹੀ ਕੰਮ ਆ ਸਕਦੀ ਹੈ। ਗੋਬਿੰਦ ਰਾਏ, ਜੋ ਕਿ ਉਹਨਾਂ ਦੇ ਕੋਲ ਹੀ ਮੌਜੂਦ ਸਨ, ਉਹ ਬੋਲੇ ਕਿ ਪਿਤਾ ਜੀ, ਇਸ ਸਮੇਂ ਆਪ ਤੋਂ ਵੱਡਾ ਮਹਾਨ ਪੁਰਖ ਕੌਣ ਹੋ ਸਕਦਾ ਹੈ? ਬਾਲਕ ਦੇ ਮੂੰਹੋਂ ਇਹ ਦਲੀਰੀ ਭਰੇ ਸ਼ਬਦ ਸੁਣ ਕੇ ਆਪ ਜੀ ਨੇ ਦਿੱਲੀ ਜਾ ਕੇ ਆਪਣੀ ਕੁਰਬਾਨੀ ਦੇਣ ਦਾ ਨਿਰਣਾ ਕਰ ਲਿਆ। ਅੰਤ ਆਪ 1675 ਈਸਵੀ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਆਪਣੀ ਕੁਰਬਾਨੀ ਦੇ ਦਿੱਤੀ, ਜਿੱਥੇ ਅੱਜ ਕੱਲ੍ਹ ਸੀਸਗੰਜ ਗੁਰਦੁਆਰਾ ਬਣਾਇਆ ਗਿਆ ਹੈ। ਆਪ ਜੀ ਦੁਆਰਾ ਰਚਿਤ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਹੈ ਅਤੇ ਸਾਰੀ ਹੀ ਬਾਣੀ ਸ਼ਾਂਤੀ ਪ੍ਰਦਾਨ ਕਰਨ ਵਾਲੀ ਹੈ। ਆਪ ਜੀ ਨੇ ਮਾਨਵ ਜਾਤੀ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਡਰਨ ਵਾਲਾ ਕਾਇਰ ਅਤੇ ਡਰਾਉਣ ਵਾਲਾ ਜ਼ਾਲਮ ਹੈ, ਇਸ ਲਈ ਨਾ ਹੀ ਕਿਸੇ ਤੋਂ ਡਰੋ ਅਤੇ ਨਾ ਹੀ ਕਿਸੇ ਨੂੰ ਡਰਾਓ। ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।